ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਨੂੰ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਇਸ ਵੀਡੀਓ ਦੇ ਵਿੱਚ ਮੌਸਮ ਦੀ ਗੱਲ ਕਰਾਂਗੇ ਅਪ੍ਰੈਲ ਮਹੀਨੇ ਦੇ ਆਖਰੀ ਹਫਤੇ ਦੀ ਯਾਨੀ ਕਿ ਆਖਰੀ ਜੋ 7-8 ਦਿਨ ਬਾਕੀ ਨੇ ਇਹਨਾਂ ਦਿਨਾਂ ਦੇ ਵਿੱਚ ਮੌਸਮ ਦਾ ਕੀ ਮਜਾਜ ਰਹਿਣ ਵਾਲਾ ਹੈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲਗਭਗ 23-24 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਮੌਸਮ ਦੇ ਸਬੰਧਤ ਸੋ ਪਹਿਲਾਂ ਗੱਲ ਕਰਦੇ ਆਪਾਂ ਹਵਾਵਾਂ ਦੀ ਕਿਉਂਕਿ ਹਵਾਵਾਂ ਦੇ ਨਾਲ ਹੀ ਮੇਨ ਤੌਰ ਤੇ ਜਿਹੜਾ ਮੌਸਮ ਹੈ ਜ਼ਿਆਦਾ ਬਦਲਦਾ ਹੈ ਹਵਾਵਾਂ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਜ਼ਿਆਦਾਤਰ ਉੱਤਰ ਅਤੇ ਪੱਛਮ ਦਿਸ਼ਾ ਤੋਂ ਹੀ ਦੇਖਣ ਨੂੰ ਮਿਲਣਗੀਆਂ ਸੋ ਜਿਹੜੇ ਪਹਿਲੇ ਦਿਨ ਹੋਣਗੇ 24 ਪੂਜਾ 23 24 23 ਤਰੀਕ ਨੂੰ ਹਵਾਵਾਂ ਦੀ ਗਤੀ ਥੋੜੀ ਜਿਹੀ ਘੱਟ ਰਹੇਗੀ ਜਾਨੀ ਮੱਧਮ ਰਹੇਗੀ 24 ਤਰੀਕ ਤੋਂ ਹਵਾਵਾਂ ਥੋੜੀ ਜਿਹਾ ਹੋਰ ਜ਼ਿਆਦਾ ਗਤੀ ਫੜਨ ਗਈਆਂ 24 25 ਅਤੇ 26 ਤਰੀਕ ਨੂੰ ਪੰਜਾਬ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਜਿਨ੍ਹਾਂ ਦੀ ਗਤੀ ਵੱਖ-ਵੱਖ ਹਿੱਸਿਆਂ ਵਿੱਚ 10 ਤੋਂ ਲੈ ਕੇ 30 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ ਤੇ ਇਹ ਜੋ ਹਵਾਵਾਂ ਹੋਣਗੀਆਂ ਦਿਸ਼ਾ ਅਨਸਿੱਧ ਪੱਗ ਲਗਭਗ ਪੂਰੀ ਤਰ੍ਹਾਂ ਪੱਛਮ ਦਿਸ਼ਾ ਤੋਂ ਹੋਵੇਗੀ ਪੱਛਮ ਵਿੱਚ ਇਸਲਾਮਾਬਾਦ ਤੋਂ ਲੈ ਕੇ ਸਿਆਲਕੋਟ ਤੇ ਲਾਹੌਰ ਤੋਂ ਹੁੰਦੀਆਂ ਆਗੀਆਂ ਸਿੱਧਾ ਪੰਜਾਬ ਦੇ ਵਿੱਚ ਹਵਾਵਾਂ ਐਂਟਰ ਕਰਨਗੀਆਂ ਸੋ ਇਹਨਾਂ ਦੇ ਨਾਲ ਨਾਲ ਕੁਝ ਹਿੱਸਿਆਂ ਦੇ ਵਿੱਚ ਉੱਤਰੀ ਹਵਾਵਾਂ ਦਾ ਵੀ ਰੁਖ ਦੇਖਣ ਨੂੰ ਮਿਲੇਗਾ ਜਿਹੜੀਆਂ ਕਿ ਅਮਾਚਲ ਦੇ ਨਾਲ ਲੱਗਦੇ ਇਲਾਕਿਆਂ ਤੋਂ ਪੰਜਾਬ ਵਿੱਚ ਆਉਣਗੀਆਂ ਸੋ ਇੰਨਾ ਹਵਾਵਾਂ ਦੇ ਚੱਲਦੇ ਪੰਜਾਬ ਦਾ ਮੌਸਮ ਬੜਾ ਜ਼ਿਆਦਾਤਰ ਖੁਸ਼ਕ ਹੋਣ ਕਰਕੇ ਹਵਾਵਾਂ ਖੁਸ਼ਕ ਨੇ ਸੁਝਿਸ ਕਰਕੇ ਮੌਸਮ ਵੀ ਖੁਸ਼ਕ ਰਹੇਗਾ ਨਮੀ ਦੀ ਮਾਤਰਾ ਨਹੀਂ ਬਣੇਗੀ ਤੇ ਮੌਸਮ ਦੇ ਵਿੱਚ ਕੋਈ ਜ਼ਿਆਦਾ ਵੱਡੀ ਹਲਚਲ ਹੋਣ ਦੇ ਵੀ ਅਸਾਰ ਨਹੀਂ ਆਣਗੇ ਪਰ 24 25 ਨੂੰ ਕੁਝ ਹਲਕੀ ਫੁਲਕੀ ਬੱਦਲਵਾਈ ਆਸਮਾਨ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ ਤੇ ਇਸੇ ਤਰ੍ਹਾਂ ਦਾ ਮਾਹੌਲ ਥੋੜਾ ਜਿਹਾ ਆਪਾਂ ਨੂੰ 29 30 ਦੇ ਆਸ-ਪਾਸ ਦੇਖਣ ਨੂੰ ਮਿਲ ਸਕਦਾ ਹੈ ਕੁਝ ਹਿੱਸਿਆਂ ਵਿੱਚ 29 30 ਤਰੀਕ ਦੇ ਆਸ-ਪਾਸ ਬੱਦਲਵਾਈ ਨਾਲ ਆਪਾਂ ਨੂੰ ਥੋੜਾ-ਬਹੁਤ ਮੌਸਮ ਦੇ ਵਿੱਚ ਪਰਵਰਤਨ ਨਾਲ ਆਉਂਦਾ ਹੋਇਆ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤੇ ਹੋ ਸਕਦਾ ਹੈ ਕਿ ਕੁਝ ਇਲਾਕਿਆਂ ਵਿੱਚ ਬੱਦਲਵਾਈ ਮੀਂਹ ਅਤੇ ਹਨੇਰੀ ਵਰਗੇ ਹਾਲਾਤ ਇੱਕ ਵਾਰ ਫਿਰ ਆਪਾਂ ਨੂੰ ਇਸ ਮਹੀਨੇ ਦੇ ਆਖਰੀ ਦਿਨਾਂ ਵਿੱਚ ਜਾਂ ਫਿਰ ਮਈ ਮਹੀਨੇ ਦੇ ਚੜ੍ਹਦੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਜੇਕਰ ਹੁਣ ਗੱਲ ਕਰੀਏ ਗਰਮੀ ਦੀ ਤਾਪਮਾਨ ਦੀ ਤਾਂ ਤਾਪਮਾਨ ਫਿਲਹਾਲ 24-25 ਤੱਕ ਦਾ ਥੋੜਾ ਜਿਹਾ ਅੰਡਰ ਰਹਣਗੇ ਲਗਭਗ 40 ਡਿਗਰੀ ਤੋਂ ਘੱਟ ਰਹੇਗਾ ਤਾਪਮਾਨ 38 ਤੋਂ ਲੈ ਕੇ 39 ਜਾਂ ਕੁਝ ਹਿੱਸਿਆਂ ਵਿੱਚ ਦੁਪਹਿਰ ਦੇ ਵੇਲੇ 40 ਡਿਗਰੀ ਤੱਕ ਤਾਪਮਾਨ ਪਹੁੰਚ ਸਕਦਾ ਹੈ ਕਿਉਂਕਿ ਠੰਡੀਆਂ ਖੁਸ਼ਕ ਹਵਾਵਾਂ ਚੱਲਣਗੇ ਨਮੀ ਦੀ ਮਾਤਰਾ ਘੱਟ ਜਾਵੇਗੀ ਜਿਸ ਕਰਕੇ ਹਮਸ ਵਾਲਾ ਜੋ ਮਾਹੌਲ ਸੀ ਉਹ ਪੰਜਾਬ ਦੇ ਵਿੱਚ ਉਹ ਖਤਮ ਹੋ ਜਾਵੇਗਾ ਤੇ ਉਸ ਤੋਂ ਬਾਅਦ ਟੈਂਪਰੇਚਰ ਲਗਭਗ 25 ਜਾਂ 26 ਅਪ੍ਰੈਲ ਤੋਂ ਫਿਰ ਥੋੜਾ ਜਿਹਾ ਵਧਣਾ ਸ਼ੁਰੂ ਹੋਣਗੇ ਤੇ 30 ਅਪ੍ਰੈਲ ਤੱਕ ਪਹੁੰਚਦੇ ਹੋਏ ਪਾਰਾ 41 ਜਾਂ ਫਿਰ 42 ਡਿਗਰੀ ਤੱਕ ਦਿਨ ਦਾ ਕੁਝ ਹਿੱਸਿਆਂ ਵਿੱਚ ਪਹੁੰਚ ਸਕਦਾ ਹੈ ਭਾਵੇਂ ਕਿ ਇਸ ਮਹੀਨੇ ਦੇ ਅੰਤ ਤੱਕ ਆਉਂਦੇ ਹੋਏ ਗਰਮੀ ਇੱਕ ਵਾਰ ਫਿਰ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦੇਵੇਗੀ ਤੇ ਜੋ ਰਾਤ ਦਾ ਤਾਪਮਾਨ ਰਹੇਗਾ ਲਗਭਗ 25 ਤੋਂ ਲੈ ਕੇ 27 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਊਗਾ 30 April ਦੇ ਆਸ-ਪਾਸ ਸੋਦੇ ਸੰਖੇਪ ਵਿੱਚ ਕਹੀਏ ਤਾਂ ਲਗਭਗ 23 ਜੋ 24 April ਤੋਂ ਲੈ ਕੇ ਮੌਸਮ ਪੰਜਾਬ ਦਾ 27 ਜਾਂ 28 April ਤੱਕ ਪੂਰੀ ਤਰ੍ਹਾਂ ਸਾਫ਼ ਅਤੇ ਖੁਸ਼ਕ ਰਹੂਗਾ ਨਿਰੰਤਰ ਉੱਤਰ-ਪੱਛਮੀ ਹਵਾਵਾਂ ਚਲਦੀਆਂ ਰਹਿਣਗੀਆਂ ਤੇ ਇਸ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਮੌਸਮ ਥੋੜਾ ਬਹੁਤ ਬਦਲ ਸਕਦਾ ਹੈ ਜਿਸ ਦੀ ਜਿਹੜੀ ਅਗਲੀ ਸਹੀ ਅਪਡੇਟ ਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜਦੋਂ ਇਸ ਮੌਸਮ ਦੇ ਸਬੰਧਤ ਨਵੀਂ ਜਾਣਕਾਰੀ ਆਪਾਂ ਨੂੰ ਪ੍ਰਾਪਤ ਹੋ ਜਾਵੇਗੀ ਸੋ ਬਾਕੀ ਆਪਾਂ ਲਗਾਤਾਰ ਰੋਜ਼ ਦੀ ਰੋਜ਼ ਜੋ ਵੀ ਅਪਡੇਟ ਆਉਂਦੀ ਰਹੇਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਮੌਸਮ ਪੰਜਾਬ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ ਤੇ ਹੁਣ ਇਜਾਜ਼ਤ ਦਿਓ ਧੰਨਵਾਦ ਜੀ